ਰਮਜੀਤ ਸਿੰਘ ਆ ਜੀ, ਸਾਡਾ ਇੱਥੇ ਥਾਂ ਵਾ ਪੰਜ ਕਨਾਲਾ ਪੰਜ ਮਰਲੇ, ਤੇ ਉਹ ਸਾਡੇ ਦਾਦੇ ਦੇ ਦੂਜੇ ਪੋਤਰੇ ਆ, ਤੇ ਉਹ ਕਹਿੰਦੇ ਸਾਡਾ ਵਾ ਸਾਡੇ ਨਾਮ ਆ ਉਹਨਾਂ ਦਾ, ਅਸੀਂ ਜਮ੍ਹਾਂਬੰਦੀ ਸਾਰੇ ਰਿਕਾਰਡ ਕਢਾਇਆ, ਸਾਰੇ ਪੇਪਰ ਕਢਾਏ ਆ, ਤੇ ਉਹਨਾਂ ਦਾ ਮਰਲਾ ਥਾਂ ਨਹੀਂ ਇੱਥੇ, ਸਾਡਾ ਇੱਥੇ ਪੰਜ ਕਨਾਲਾ ਪੰਜ ਮਰਲੇ ਥਾਂ ਆਉਂਦਿਆ ਵਾ, ਤੇ ਸਾਡੇ ਹਿੱਸੇ ਦਾ ਵੀ ਸਗੋਂ ਚਾਰ ਮਰਲੇ ਥਾਂ ਵੇਚ ਗਏ ਆ, ਤੇ ਹੁਣ ਇੱਥੇ ਸਾਡਾ ਸਾਹਮਣੇ ਥਾਂ ਵਾ, ਅਸੀਂ ਰੂੜੀਆਂ ਲਾਈਆਂ ਨੂੰ 15-20 ਸਾਲ ਹੋ ਗਏ ਅਸੀਂ ਇੱਥੇ ਥਾਂ ਵਰਤਣ ਡੇ ਹਾਂ, ਤੇ ਹੁਣ ਆ ਕੇ ਤੇ ਕਬਜ਼ਾ ਲਿਆ ਮੁੰਡੇ ਗੁੰਡੇ ਗੰਡੇ ਲਿਆਉਂਦੇ ਆ, ਤੇ ਕਬਜ਼ਾ ਲੈਂਦੇ ਕਹਿੰਦੇ ਵੀ ਸਾਡਾ ਥਾਂ ਵਾ, ਨਾ ਨਾ ਕੋਈ ਪੇਪਰ ਆ, ਅਸੀਂ ਪੇਪਰ ਵੀ ਵਿਖਾਏ, ਥਾਣੇ ਜਾ ਕੇ ਵੀ ਵਿਖਾਏ ਆ, ਥਾਣੇ ਵਾਲਿਆਂ 15 ਤਰੀਕ ਦਾ ਟਾਈਮ ਦਿੱਤਾ ਸੀ ਵੀ ਤੁਹਾਡਾ ਬਹਿ ਕੇ ਰਾਜੀਨਾਮਾ ਕਰ ਦਾਂਗੇ, ਤੇ ਉਹਨਾਂ 15 ਤਰੀਕ ਡਿੱਕੀ ਨਹੀਂ ਆ, ਦੋ ਆ ਗਏ ਤੇ 50-60 ਜਾਣੇ ਆ ਗਏ, ਤੇ ਪਿਛਲੇ ਐਤਵਾਰ ਵੀ ਅੱਗੇ ਨਾਲ ਆ ਕੇ ਤੇ ਕੁੱਟਿਆ ਕੱਟਿਆ ਡੈਡੀ ਹੋਣਾਂ ਨੂੰ, ਤੇ ਅੱਜ ਫੇਰ ਉਹਨਾਂ ਇਹ ਕੰਮ ਕੀਤਾ ਵੀ 40-50 ਬੰਦੇ ਲੈ ਕੇ ਆ ਗਏ ਆ, ਤੇ ਅਸੀਂ 3 ਜਾਣੇ ਆ, ਟਰੈਕਟਰ ਵੀ ਲਿਆਂਦਾ ਉਹਨਾਂ, ਦਾਤਰ ਕਿਰਪਾਨਾ ਸਾਰਾ ਕੁਝ ਰੱਖਿਆ ਸੀ ਉਹਨਾਂ, ਸਾਡੇ ਕੋਲ ਵੀਡੀਓ ਹੈਗੀਆਂ, ਰੋੜੇ ਮਾਰੇ ਸਾਡੇ ਸਿਰਾਂ ਦਾ, ਮੇਰਾ ਸਿਰ ਪਤਾ ਵੇਖੋ, ਡੈਡੀ ਦੀਆਂ ਸੱਟਾਂ ਲੱਗੀਆਂ, ਇੱਕ ਸਾਡਾ ਤਾਇਆ ਉਹਨੂੰ ਜਿਆਦਾ ਕੁੱਟਿਆ, ਉਹ ਸੀਰੀਅਸ, ਉਹਨੂੰ ਹਸਪਤਾਲ ਲੈ ਗਏ ਆ, ਉਹਨੂੰ ਦਾਖਲ ਕਰਾਇਆ, ਪਹਿਲਾਂ ਵੀ ਕਦੀ ਪੁਲਿਸ ਨੇ ਕੰਪਲੇਂਟ ਦਰਜ ਕਰਵਾਈ? ਹਾਂਜੀ, 2 ਵਾਰੀ ਕਰਾਈ ਹੈ ਜੀ, ਪੁਲਿਸ ਦਾ ਕੀ ਰਵੱਈਆ ਤੱਕ? ਪੁਲਿਸ ਦਾ ਕੋਈ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਵੇਰੇ ਅਸੀਂ ਜਾ ਕੇ ਪੁਲਿਸ ਵਾਲਿਆਂ ਨੂੰ ਕਹਿ ਗਏ ਆ ਵੀ ਸਾਡੇ ਬੰਦੇ ਉੱਥੇ ਇਕੱਠੇ ਸਾਨੂੰ ਕੁੱਟਣ ਨੂੰ ਫਿਰਦੇ ਆ, ਤੇ ਉਹ ਕਹਿੰਦੇ ਕੋਈ ਗੱਲ ਨੀ, ਲੜਾਈ ਕਰ ਲਓ ਤੇ ਅਸੀਂ ਫੇਰ ਆਉਂਦੇ ਆ, ਆਂਦਾ ਸਾਡਾ ਬੰਦਾ ਕੋਈ ਨੀ, ਆਂਦਾ ਜੀ ਸਾਡਾ ਬੰਦਾ ਕੋਈ ਨੀ, ਥਾਣੇ ਚ ਹੈਗਾ, ਸਾਰੇ ਛੁੱਟੀ ਤੇ ਗਏ ਆ, ਤੇ ਤੁਸੀਂ ਇੱਕ ਵਾਰੀ ਲੜ ਲਓ ਤੇ ਫਿਰ ਅਸੀਂ ਆਉਂਦੇ ਆ, ਘਰ ਚ ਘਰ ਚ ਆਂਡੇ ਜਾ ਕੇ ਮੇਰੀ ਚੈਨੀ ਲਾ ਕੇ ਲੈ ਗਿਆ ਉਹ ਬੁੱਲੋਵਾਲ ਵਾਲਾ ਮੁੰਡਾ, ਕੀ ਨਾਂ ਦਾ, ਹਰਦੀਪ, SHO ਦਾ ਨੀ ਪਤਾ, ਮੁਖਤਾਰ ਸਿੰਘ, SHO ਕਹਿੰਦੇ ਛੁੱਟੀ ਤੇ ਗਿਆ ਵਾ, ਤੇ SI 2 ਹੀ ਉਹਨਾਂ ਨੂੰ ਕਿਹਾ ਜਾ ਕੇ, ਤੇ ਉਹ ਕਹਿੰਦੇ ਵੀ ਕੋਈ ਗੱਲ ਨੀ, ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ, ਕੋਈ ਲੜਦੇ ਲੁੜਦੇ ਨੇ, ਅਸੀਂ ਨੀ ਉਹਨਾਂ ਚਿਰ ਆਉਣਾ। ਕੁਲਵਿੰਦਰ ਸਿੰਘ ਜੀ, ਇੱਕ ਹਰਜਿੰਦਰ ਸਿੰਘ, ਇੱਕ ਉਹਨਾਂ ਦੇ 2 ਮੁੰਡੇ ਨੇ, ਉਹਨਾਂ ਦਾ ਮੈਨੂੰ ਰਾਜਵਿੰਦਰ ਸਿੰਘ, ਯਾਦਵਿੰਦਰ ਸਿੰਘ, ਇੱਕ ਉਹਨਾਂ ਦਾ ਰਿਸ਼ਤੇਦਾਰ ਬੁੱਲੋਵਾਲ ਦਾ, ਇੱਕ ਬੁੱਲੋਵਾਲ ਦਾ ਗੁਰਪ੍ਰਤਾਪ, ਗੁਰਪ੍ਰਤਾਪ, ਉਹ ਕਮ ਸੇ ਕਮ 40-50 ਬੰਦੇ ਆਣ ਕੇ ਸਾਨੂੰ ਪੈ ਗਏ, ਦੋ ਜਾਣਿਆਂ ਦੋ ਭਰਾਵਾਂ ਨਾਲ, ਹਰਦੀਪ ਸਿੰਘ ਉਹਦਾ ਨਾਮ ਮੁੰਡੇ ਦਾ, ਇਹਨਾਂ ਦੇ ਅੱਗੇ ਹੱਥ ਵੀ ਜੋੜੇ, ਮੈਂ ਆਖਿਆ ਨਾ ਕਰੋ ਨਾ ਕਰੋ, ਮੈਨੂੰ 2 ਧੱਕੇ ਮਾਰੇ ਇਹਨਾਂ ਨੇ ਅੰਦਰ ਸੁੱਟਿਆ, ਇੱਥੇ ਮੈਂ ਹਾਰ ਕੇ ਅੰਦਰ ਵੜ ਗਈ, ਹੁਣ ਮੈਂ ਕੀ ਕਰਦੀ ਜਨਾਨੀ ਇਕੱਲੀ, ਇਹ ਉੱਪਰ ਗਏ ਕੋਠੇ ਤੇ, ਇਹਨਾਂ ਡੈਡੀ ਨੂੰ ਧੂ ਕੇ ਲਿਆਂਦਾ, ਦੀ ਪਰਨਾ ਕਿਤੇ ਆ, ਕੱਪੜੇ ਉਹਦੇ ਕਿਤੇ ਆ, ਵੇਖੋ ਲੈ ਕੇ ਗਏ ਆ, ਆਹ ਵੇਖੋ ਇੱਧਰ ਬਲੱਡ ਦੇਖੋ, ਇੱਧਰ ਧੂ ਕੇ ਉੱਥੇ ਲੈ ਕੇ ਗਏ, ਉੱਥੋਂ 2-3 ਕਿਰਪਾਨਾਂ ਮਾਰੀਆਂ ਡੈਡੀ ਦੇ ਹੱਥਾਂ ਤੇ, ਕਿਰਪਾਨਾਂ ਮਾਰੀਆਂ, ਕਿਰਪਾਨਾਂ ਮਾਰੀਆਂ ਹੱਥਾਂ ਤੇ, ਸ਼ੀਸ਼ੇ ਤੋੜੇ ਕਿੰਨਾ ਕੁਝ ਕੀਤਾ, ਉੱਪਰ ਜਾ ਕੇ ਵੇਖੋ, ਉਹ ਵੇਖੋ ਉੱਥੇ ਵਿੱਟੇ, ਉੱਥੇ ਵਿੱਟੇ ਵੇਖੋ ਅੰਕਲ, ਉਧਰ ਮੈਂ ਕੱਪੜੇ ਲਾਉਣ ਗਈ, ਮੈਂ ਉੱਥੋਂ ਦੌੜੀ ਆਈ, ਗਿਣਤੀ ਦੇ ਵਿੱਚ ਕਿੰਨੇ ਕੁ ਹੋ ਸਕਦੇ ਉਹ ਬੰਦੇ? 100 ਤੋਂ ਵੀ ਵੱਧ ਹੀ, ਉਹ ਜਿਹੜੇ ਸਾਡੇ ਘਰ ਆਏ, 60 ਬੰਦੇ ਸਾਡੇ ਘਰ ਹੀ, ਜਿਹੜੇ ਸਾਡੇ ਘਰ ਆਏ ਆ, ਮੈਨੂੰ ਮੈਂ ਦੱਸਿਆ 3-4 ਧੱਕੇ ਮਾਰ ਕੇ ਮੈਨੂੰ ਅੰਦਰ ਸੁੱਟਿਆ ਉਹਨਾਂ ਨੇ, ਮੈਂ ਹੁਣ ਕੱਲੀ ਜਨਾਨੀ ਕਰੀ, ਆ ਇਹਦੀ ਚੈਨੀ ਲਾਈ ਆ, 60,000 ਰੁਪਇਆ ਮੇਰੇ ਕੋਲੋਂ ਧੂ ਕੇ ਲੈ ਗਏ ਅੰਦਰੋਂ, ਆਂਦੇ ਤੂੰ ਜਿਹੜੀ ਪੈ, ਮੈਂ ਹੀ ਲਾ ਲਾਂਗੇ ਪੈਸੇ, ਕਹਿੰਦਾ ਉਹਦੇ ਫੜਾ ਤੂੰ ਜਿਹੜੀ ਪੈਸੇ ਲਾਉਣ ਲੱਗੀ। ਸਰ ਕੀ ਮਾਮਲਾ ਸਾਹਮਣੇ ਆਇਆ, ਇੱਕ ਪਿੰਡ ਅਲੀ ਵਾਲੇ ਵਿਖੇ ਕੋਈ ਜ਼ਮੀਨ ਚੱਕਣ ਲੈ ਗਏ, ਆਪਾਂ ਝਗੜਾ ਆਇਆ ਸੀ, 3 ਬੰਦੇ ਜ਼ਖਮੀ ਹੋਏ, ਕੀ ਮਾਮਲਾ ਹੈਗਾ ਸਾਰਾ? ਸਰ ਸੁਣਿਆ ਸੀ ਅਜੇ, ਤੇ ਮੇਰੇ ਕੋਲ ਥੋੜਾ ਚਿਰ ਤੁਹਾਡੇ ਨਾਲ ਹੀ ਜਿਹੜੇ ਉਹ ਆਏ ਨੇ ਸਰਦਾਰ ਅਮਰਜੀਤ ਸਿੰਘ ਤੇ ਕਰਮਜੀਤ ਸਿੰਘ ਹੋਣੀ,
ਜਿਨ੍ਹਾਂ ਦੱਸਿਆ ਵੀ ਸਾਡਾ ਕੋਈ ਪਲਾਟ ਦਾ ਉੱਥੇ ਮੈਟਰ ਚੱਲਦਾ, ਤਾਂ ਜਿਸ ਵਿੱਚ ਕਹਿੰਦੇ ਵੀ ਚੰਨਣ ਸਿੰਘ ਅਲੀਵਾਲ ਅਤੇ ਦੂਜੇ ਆਹ ਦੂਸਰਾ ਹਰਜਿੰਦਰ ਸਿੰਘ ਅਲੀਵਾਲ ਅਤੇ ਮਨਿੰਦਰ ਸਿੰਘ ਪਾਰਟੀ ਆਦਿ ਜਿਹੜੀ ਉਹਨਾਂ ਨੇ ਕੋਈ ਸਾਡੇ ਨਾਲ ਧੱਕਾ ਕੀਤਾ, ਸਾਡੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਨ ਦੀ ਕਰ ਰਹੇ ਆ ਅਤੇ ਸਾਡੇ ਘਰ ਆ ਕੇ ਪਏ ਆ, ਅਤੇ ਜਿਸ ਸੰਬੰਧੀ ਕਹਿੰਦੇ ਕੰਪਲੇਂਟ ਲਿਖ ਕੇ ਇਹਨਾਂ ਨੂੰ ਕਿਹਾ ਵੀ ਦਿੱਤੀ ਜੋ ਵੀ ਕਾਰਵਾਈ ਹੋਊਗੀ ਕਰ ਦਿੱਤੀ ਜਾਊ। ਸਰ, ਇਸ ਘਟਨਾ ਦੌਰਾਨ ਦੇਖਿਆ ਗਿਆ ਕਿ ਕੁਝ ਪੁਲਿਸ ਕਰਮੀ ਵੀ ਮੌਜੂਦ ਸੀ, ਜਿਨ੍ਹਾਂ ਦੀ ਅਗਵਾਈ ਇਹ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਬਟ ਕੁਛ ਝਗੜਾ ਹੋ ਰਿਹਾ ਸੀ, ਬਟ ਪੁਲਿਸ ਵਿੱਚ ਰੋਕ ਟੋਕ ਨਹੀਂ ਕਰ ਰਹੀ ਸੀ ਕੋਈ ਵੀ, ਉਹ ਇਹ ਗੱਲਾਂ ਵੀ ਜਿਹੜੀਆਂ ਵੈਰੀਫਾਈ ਕਰਵਾ ਲਈਆਂ ਜਾਣਗੀਆਂ।